90% ਜਨਾਨੀਆਂ ਆਪਣੇ ਘਰ ਵਾਲੇ ਦੀਆਂ ਆਦਤਾਂ ਬਦਲਣੀਆਂ ਚਾਹੁੰਦੀਆਂ ਨੇ ਤੇ ਪੰਮੀਏ 90% ਬੰਦੇ ਆਪਣੀਆਂ ਜਨਾਨੀਆਂ ਹੀ ਬਦਲਣਾ ਚਾਹੁੰਦੇ ਨੇ। ਬਾਬਾ ਪਾਕਿਸਤਾਨੀ ਡਰਾਮੇ ਵੇਖੇ? ਆਹੋ ਬਾਬਾ, ਉਹਨਾਂ ਦੀਆਂ ਕੁੜੀਆਂ ਇੰਨੀਆਂ ਸੋਹਣੀਆਂ ਤੇ 6-6 ਫੁੱਟ ਲੰਮੀਆਂ ਤੇ ਆਪਣੀਆਂ 4-4 ਫੁੱਟ ਲੰਮੀਆਂ ਤੇ ਏਡੀ ਏਡੀ ਲੰਮੀ ਜਵਾਨ। ਮੇਰੀ ਇੱਕ ਗੱਲ ਦਾ ਜਵਾਬ ਦਿਓ, ਹਾਂ ਜਾਂ ਨਾ। ਗਵਾਂਢ ਤੇ ਟਰਾਈ ਮਾਰਨੀ ਛੱਡਤੀ? ਕਦੇ ਕਿਤਾਬ ਵੀ ਚੱਕ ਲਿਆ ਕਰ, ਮੈਨੂੰ ਸਾਰਾ ਕੁਝ ਆਉਂਦਾ। ਚੱਲ ਦੱਸ ਫਿਰ, ਔਰੰਗਜ਼ੇਬ ਭਾਰਤ ਕਬ ਆਇਆ? ਕੋਈ ਢੰਗ ਦਾ ਸਵਾਲ ਪੁੱਛ, ਤੂੰ ਜਿਹੜੀਆਂ ਖਬਰਾਂ ਦਾ ਕਮਲੀ ਜਾਂਦਾ। ਮੈਂ ਕਿ ਔਰੰਗਜ਼ੇਬ ਤੋਂ ਟਿੰਡੀਆਂ ਨਹੀਂ। ਉਹ ਬਾਈ ਚੁੱਪ ਚੁੱਪ, ਸਹੇਲੀ ਦਾ ਫੋਨ ਆਇਆ। ਹੈਲੋ, ਹਾਂਜੀ ਬੇਬੀ। ਹੈਲੋ ਬੇਬੀ, ਤੁਹਾਡੇ ਲਈ ਗੁੱਡ ਨਿਊਜ਼ ਆ। ਕੀ? ਮੇਰੀ ਮੰਮੀ ਨੂੰ ਤੁਸੀਂ ਬਹੁਤ ਪਸੰਦ ਹੋ। ਉਹ ਤੂੰ ਪਾਗਲ ਹੈ, ਵਿਆਹ ਤਾਂ ਮੈਂ ਤੇਰੇ ਨਾਲ ਕਰਵਾਉਣਾ ਵਾ। ਆਪਣੀ ਮੰਮੀ ਨੂੰ ਕਹਿ ਦੇ ਮੈਨੂੰ ਭੁੱਲ ਜਾਣ। ਮੰਮੀ, ਤੂੰ ਕਿਹਾ ਸੀ ਨਾ ਜੇ ਪਾਸ ਨਾ ਹੋਇਆ ਤਾਂ ਮੈਨੂੰ ਮੰਮੀ ਨਾ ਕਹੀ। ਹਾਂ ਫੇਰ ਕੀ? ਤੂੰ ਮੰਮੀ ਹੋਣ ਦਾ ਹੱਕ ਗਵਾ ਤਾ ਜਸਵਿੰਦਰ ਕੋਰੇ। ਚੱਲ ਤਿਆਰ ਹੋ ਜਾ, ਹੁਣ ਚੱਲੀਏ। ਨਹੀਂ, ਤਿਆਰ ਤਾਂ ਮੈਂ ਹੋ ਜਾਨੀ ਆ। ਮੇਰੀ ਗੱਲ ਸੁਣੋ, ਉਧਰ ਪਾਪਾ ਦੇ ਘਰ ਜਾ ਕੇ ਨਾ ਮੇਰੇ ਨਾਲ ਲੜਾਈ ਨਹੀਂ ਕਰਨੀ ਕਿਸੇ ਸਾਹਮਣੇ। ਤੇ ਮੇਰੇ ਪਿਓ ਦਾ ਘਰ ਕੁਰਸ਼ੇਤਰ ਜੇ, ਜਿੱਥੇ ਰੋਜ਼ ਮਹਾਭਾਰਤ ਕਰਦੀ ਆ। ਬੋਲ, ਬੋਲਦੀ ਨਹੀਂ? ਆ ਰੱਬ ਦਾ ਦਿੱਤਾ ਹੈ, ਆਪਣੇ ਕੋਲ ਸਾਰਾ ਕੁਝ ਹੀ ਹੈਗਾ, ਬਸ ਕਮੀ ਤਾਂ ਹੁਣ ਉਹਦੀ ਹੈ ਜਿਹੜੀ ਸਵੇਰੇ ਸਵੇਰੇ ਕਿਹਾ ਕਰੂਗੀ ਛੱਡ ਦੋ ਮੰਮੀ ਦੇਖ ਲੂਗੀ। ਵੇਖੋ, ਕਈ ਲੋਕ ਕਹਿੰਦੇ ਰਹਿੰਦੇ ਆ ਵੀ ਲੋਕੀ ਤੁਹਾਡੀ ਹਨਾ ਬੇਇੱਜ਼ਤੀ ਕਰਦੇ ਰਹਿੰਦੇ ਆ। ਐਡੀ ਕੋਈ ਗੱਲ ਨਹੀਂ ਹੈਗੀ, ਸਾਨੂੰ ਬੇਇੱਜ਼ਤੀ ਬਾਹਰੋਂ ਕਰਾਉਣ ਦੀ ਲੋੜ ਨਹੀਂ ਹੈਗੀ, ਕਿਉਂਕਿ ਸਾਡੀ ਘਰੋਂ ਹੀ ਬਹੁਤ ਹੁੰਦੀ ਰਹਿੰਦੀ ਆ। ਜਨਾਨੀਆਂ ਦੀ ਪੇਕੇ ਜਾਣ ਲੱਗਿਆ ਸਪੀਡ ਜੀਓ ਵਾਂਗੂ 4G ਹੁੰਦੀ ਹੈ, ਆਉਣ ਲੱਗਿਆ ਪਤਾ ਨਹੀਂ ਕਿਉਂ BSNL ਵਾਂਗੂ ਨੈਟਵਰਕ ਹੀ ਉੱਡ ਜਾਂਦੇ। ਕੀ ਸੋਚਣ ਦੇ ਜੀ? ਮੈਂ ਯਾਰ ਜਦੋਂ ਸਹੁਰੇ ਜਾਣਾ ਨਾ, ਤੇਰੀ ਭੈਣ ਨੂੰ ਵੇਖ ਕੇ ਮੇਰੇ ਦਿਲ ਚ ਇੱਕੋ ਗੱਲ ਆਉਂਦੀ। ਕਿਹੜੀ ਗੱਲ? ਵੀ ਜਦੋਂ ਇਹਨਾਂ ਕੋਲ ਰਸਗੁੱਲਾ ਹੈਗਾ ਸੀ ਤੇ ਮੈਨੂੰ ਬੂੰਦੀ ਵਾਲਾ ਲੱਡੂ ਕਾਹਤੋਂ ਦਿੱਤਾ? ਉਹ ਵੀ ਪੁੱਤ, ਤੈਨੂੰ ਅੰਗਰੇਜ਼ੀ ਆਉਂਦੀ ਆ? ਸਰ ਜੀ, ਆਉਂਦੀ ਤਾਂ ਹੈ ਨੀ ਪਰ ਚੜ੍ਹਦੀ ਬਹੁਤ ਆ। ਆਪਣੇ ਵਿਆਹ ਚ ਕਿੰਨੇ ਕੁ ਲੋਕ ਆਏ ਸੀ ਭਲਾ? 300-400 ਤੇ ਆਏ। ਮੈਨੂੰ ਕਿਸੇ ਕੰਜਰ ਨੇ ਵੀ ਕਿਹਾ ਵੀ ਹਟ ਜਾਓ, ਇਹ ਕੰਮ ਨਾ ਕਰ। ਆਹੋ, ਤੇ ਗੱਲ ਠੀਕ ਆ, ਪਰ ਉੱਥੇ ਹੋਰ ਵੀ ਜਨਾਨੀਆਂ ਹੁੰਦੀਆਂ, ਲੜਨਾ ਨਾ ਪਈ ਕਿਸੇ ਨਾਲ। ਬਲਬ ਵੇਚਣ? ਆਹੋ ਬਲਬ ਵੇਚਣ। ਕਿੰਨੇ ਦਾ? 3000 ਦਾ ਜੀ। ਇਹੋ ਜਿਹਾ ਵਿੱਚ ਕੀ ਆ? ਬੱਤੀ ਜਾਣ ਤੋਂ ਬਾਅਦ ਨਾ ਆਟੋਮੈਟਿਕ ਹੀ ਬੰਦ ਹੋ ਜਾਂਦਾ ਜੀ। ਕਿਸੇ ਨੂੰ ਦੇਣਾ? ਮੈਂ ਹੁਣੇ ਪੈਸੇ ਲੈ ਕੇ ਆਉਣਾ। ਮੈਂ ਵੇਚ ਦੇਣਾ ਜਲਦੀ। ਡੈਡੀ, ਮੇਰਾ ਵਿਆਹ ਕਰ ਦਾ ਫਟਾਫਟ। ਕੀ ਹੋਇਆ ਇੰਨੀ ਛੇਤੀ? ਰਾਤੀ ਮੇਰੇ ਸੁਪਨੇ ਮੇਰੇ ਜਵਾਕ ਆਏ, ਕਹਿੰਦੇ ਬਾਪੂ ਵਿਆਹ ਕਰਾ ਦਾ, ਹੁਣ ਸਾਡੀ ਪੜ੍ਹਾਈ ਪਿੱਛੇ ਪਈ ਜਾਂਦੀ ਹੈ। ਬਾਈ ਯਾਰ, 100 ਦੇ ਨੋਟ ਦੇ ਨਾ 15 ਭਾਸ਼ਾ ਹੁੰਦੀਆਂ ਨੇ, ਇੱਕ ਪੰਜਾਬੀ ਉਹ ਇਹੋ ਜਿਹੀ ਆ ਜਿਹਦੇ 2 ਮਤਲਬ ਨਿਕਲਦੇ ਨੇ। ਬਾਈ ਬਾਈ ਕੱਢ ਕੇ ਦਿਖਾ ਯਾਰ। ਬਾਈ ਕੱਢ ਕੇ ਦਿਖਾਉਣ ਦੇ ਵੀ 2 ਨਿਕਲਦੇ ਨੇ। ਤੁਹਾਨੂੰ ਕੀ ਲੱਗਦਾ, ਸਾਇੰਸ ਸਹੀ ਕਹਿੰਦੀ ਆ ਕਿ ਕੁਝ ਕੁ ਬੰਦੇ ਬਾਂਦਰਾਂ ਤੋਂ ਬਣੇ ਆ? ਪਹਿਲਾਂ ਤਾਂ ਪਤਾ ਮੈਂ ਵੀ ਨਹੀਂ ਮੰਨਦਾ, ਜਦ ਤਾਂ ਤੂੰ ਜੰਮਿਆ ਬਾਹਲਾ ਯਕੀਨ ਹੋ ਗਿਆ ਸਾਇੰਸ 'ਤੇ। ਪਰ ਤੂੰ ਵੀ ਮਾਸ ਖਾ ਲੈਂਦਾ? ਹਾਂਜੀ, ਖਾ ਲਈ ਦਾ ਮਾਸ ਆਪਾਂ। ਆ ਦੇਖੀ ਦਾ ਗੂਠੇ ਦਾ ਵਧਿਆ ਮਾੜਾ ਜਿਹਾ। ਚਲੋ ਠੀਕ ਆ, ਮਿਲਦੇ ਹਾਂ। ਮਨੀ, ਸਰਪੰਚ ਤੇ ਜਵਾਕ ਹੋਇਆ ਨਿਆਣਾ ਤਾਂ ਨੌ ਦੇ ਹੋਣ ਵਾਲਾ ਸੀ, ਸਰਪੰਚ ਦੇ ਕਿੱਦਾਂ ਹੋ ਗਿਆ? ਤੂੰ ਨਾ ਸਿੱਧਾ ਹੋ। ਸਾਡੇ ਪਿੰਡ ਜਿਹੜਾ ਗੁਰਦੁਆਰਾ ਸਾਹਿਬ ਆ, ਉੱਥੋਂ ਦੇ ਪਾਠੀ ਸਿੰਘਾਂ ਦਾ ਸਾਡੇ ਨਾਲ ਬਹੁਤ ਪਿਆਰ ਵਾ।
ਸਵੇਰੇ ਸਵਖਤ 4 ਵਜੇ ਬਿਜਲੀ ਵਾਲੇ ਆ ਗਏ ਤੇ ਬਾਬੇ ਨੇ ਸੋਚਿਆ ਵੀ ਪਿੰਡ ਵਾਲਿਆਂ ਨੂੰ ਬਚਾਉਣਾ ਵੀ ਜ਼ਰੂਰ ਆ। ਬਾਬੇ ਨੇ ਫਿਰ ਅਨਾਊਂਸਮੈਂਟ ਕੀਤੀ ਕਿ ਸਾਰੇ ਨਗਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬਿਜਲੀ ਬੋਰਡ ਵਾਲੇ ਪਿੰਡ 'ਚ ਵੜ ਗਏ ਆ ਕਿਤੇ ਚੋਰਾਂ ਦੇ ਭੁਲੇਖੇ ਉਹਨਾਂ ਨੂੰ ਨਾ ਕੁੱਟ ਦਿਓ। ਪਤਲੇ ਜਗ੍ਹਾ ਤੇ ਹੋਈ ਜਾਂਦੇ ਆ, ਤਾਂ ਦੇਖੋ ਕਿੰਨਾ ਫੈਟਿਆ ਮੈਂ, ਧੌਣ ਦੇ ਕਿੰਨੀ ਮੋਟੀ, ਮੂੰਹ ਦੇ ਕਿੰਨਾ ਮੋਟਾ, ਦਿਮਾਗ ਦੇ ਕਿੰਨਾ ਮੋਟਾ। ਮੈਂ ਆਪਦੀ ਸਹੇਲੀ ਨੂੰ ਕਿਹਾ, ਮੈਂ ਕਿਹਾ ਮੈਂ ਤੈਨੂੰ ਪਿਆਰ ਤਾਂ ਸਾਰੀ ਜ਼ਿੰਦਗੀ ਕਰਦਾ ਰਹੂੰਗਾ ਪਰ ਤੇਰੇ ਨਾਲ ਕਦੇ ਵਿਆਹ ਨਹੀਂ ਕਰਾ ਸਕਦਾ ਕਿਉਂਕਿ ਮੇਰੇ ਘਰ ਦੇ ਨਹੀਂ ਮੰਨਣੇ। ਕਹਿੰਦੀ ਕੌਣ ਕੌਣ ਆ ਤੁਹਾਡੇ ਘਰੇ, ਮੈਂ ਗੱਲ ਕਰਕੇ ਦੇਖੂ। ਮੈਂ ਕਿਹਾ ਇੱਕ ਮੇਰੇ ਘਰ ਵਾਲੀ, ਦੋ ਮੇਰੇ ਜਵਾਕ। ਡੈਡੀ ਤੂੰ ਨਹੀਂ ਰੋਟੀ ਖਾਣੀ? ਹੋਰ ਮੈਂ ਕਿਹੜਾ ਸਾਲਾ ਸੱਲਣ ਚੱਲਣਾ। ਉਹ ਡੈਡੀ ਤੁਹਾਡਾ ਚੰਗਾ ਕੰਮ ਆ, ਜਦੋਂ ਕੰਮ ਕਰਾਉਣ ਦੀ ਵਾਰੀ ਆਉਂਦੀ ਉਦੋਂ ਤਾਂ ਕਹਿੰਦੇ ਬਹੁਤੇ ਜਿਹੜਾ ਹੋ ਚੱਲਿਆ ਕੰਮ ਨਹੀਂ ਕਰਦਾ, ਤੇ ਜਦੋਂ ਵਿਆਹ ਕਰਾਉਣ ਦੀ ਵਾਰੀ ਆਉਂਦੀ ਉਦੋਂ ਕਹਿੰਦੇ ਸਾਡਾ ਮੁੰਡਾ ਜਵਾਕ ਆ ਹਾਲੇ। ਉਹ ਡੈਡੀ ਯਾਰ ਮੈਨੂੰ ਗੁੱਸਾ ਬਹੁਤ ਆਉਂਦਾ ਯਾਰ, ਦੱਸ ਕੀ ਹਾਲ ਆ? ਵਿਆਹ ਕਰਾ ਲਾ, ਅਗਲੀ ਆਉਣ ਨਹੀਂ ਦੇਣਾ। ਡੈਡੀ ਤੂੰ ਕਿਸ ਤੋਂ ਡਰਦਾ ਕਿ ਨਹੀਂ ਡਰਦਾ? ਭਾਂਡੇ ਤਾਂ ਮਾਂ ਤੇ ਹੋਰ ਕੁਛ ਕੰਮ ਹੈਗਾ ਦੱਸ ਦੇ। ਉਹ ਡੈਡੀ ਯਾਰ ਉਹ ਮੈਂ ਫੇਲ ਹੋ ਗਿਆ ਫਿਰ ਪੇਪਰਾਂ 'ਚ। ਗੁਆਂਢੀ ਕੁੜੀ ਵਾਲ ਵੇਖ, ਉਹ ਹਰ ਵਾਰੀ ਪਾਸ ਹੁੰਦੀ ਹੈ, ਉਹਦੇ ਵਾਲੀ ਦੇਖਦਾ ਤਾਂ ਤਾਂ ਫੇਲ ਹੋ ਗਿਆ। ਡੈਡੀ ਹਾਂ, ਆਪਾਂ ਇੱਕ ਕੁੱਤਾ ਲੈ ਕੇ ਆਈਏ। ਕਿਵੇਂ ਤੂੰ ਚੱਲਿਆ ਕਿਤੇ? ਯਾਰ ਤੁਸੀਂ ਅਨਪੜ੍ਹ ਯਾਰ, ਤਾਂ ਟਾਈਮ ਨਹੀਂ ਦੇਖਣਾ ਤਾਂ ਰੋਜ਼ ਮੈਂ ਹੀ ਉੱਠ ਕੇ ਦੇਖਿਆ ਕਰਾਂ ਯਾਰ। ਨਹੀਂ ਸਾਰੀਆਂ ਮੱਖੀਆਂ ਬਹੁਤ ਤੰਗ ਕਰਦੀਆਂ ਯਾਰ, ਜਾਂ ਨਹਾਉਣਾ ਨਹੀਂ ਮੱਖੀਆਂ ਹੀ ਬਹਿਣੀਆਂ। ਉਹ ਤੈਨੂੰ ਪਤਾ ਜਦੋਂ ਮੈਂ ਛੋਟਾ ਹੁੰਦਾ ਸੀ ਕਿੰਨਾ ਕਾਲਾ ਹੁੰਦਾ ਸੀ, ਪਰ ਮੇਰੇ ਘਰ ਦੇ ਫੇਰੀ ਮੈਨੂੰ ਪਤਾ ਕੀ ਕਹਿ ਬਣਾਉਂਦੇ ਹੁੰਦੇ ਸੀ, ਕਾਲੇ ਮੂੰਹ ਵਾਲਾ। ਉਹ ਕੀ ਗੱਲ ਹੋ ਗਈ, ਇਹਦੇ ਸਿਰ ਤੇ ਲਿਫਾਫਾ ਚੜਾ ਕੇ ਨਵਾਈ ਜਾਂਦੇ ਆ, ਉਹ ਇਹਦੀ ਅਕਲ ਚ ਪਾਣੀ ਪੈ ਜਾਂਦਾ। ਉਹ ਕੀ ਬਣਾਏਗੀ ਅੱਜ? ਜੋ ਤੁਸੀਂ ਕਹੋਗੇ। ਫਿਰ ਦਾਲ ਚਾਵਲ ਬਣਾ ਲੈ, ਰਾਤ ਤਾਂ ਖਾਦੇ ਸੀ। ਫਿਰ ਸਬਜ਼ੀ ਬਣਾ ਲੈ, ਜਵਾਕ ਨੀ ਖਾਂਦੇ। ਮੂਲੀ ਦੇ ਪਰੌਂਠੇ ਬਣਾ ਲੈ, ਹੋਰ ਰਾਤ ਨੂੰ ਕੌਣ ਮੂਲੀ ਦੇ ਪਰਾਂਠੇ ਖਾਂਦਾ। ਫਿਰ ਕੜੀ ਬਣਾ ਲੈ, ਦਹੀਂ ਨੀ ਹੈਗੀ। ਫਿਰ ਹੋਰ ਕੀ ਬਣਾਏਗੀ? ਜੋ ਤੁਸੀਂ ਕਹੋਗੇ ਜੀ। ਉਹ ਜੱਟ ਦੀ ਮੁੱਛ ਦਾ ਇੱਕ ਇੱਕ ਵਾਲ 100-100 ਰੁਪਈਏ ਦਾ, ਓਏ 100-100 ਰੁਪਈਏ ਦਾ ਕਾਕਾ। ਹੈ ਭਾਜੀ 100-100 ਰੁਪਈਏ ਦਾ? ਮੇਰੇ ਕੋਲ 150 ਰੁਪਈਆ ਤੇ ਦੋ ਵਾਲ ਦੇ ਦਿਓ। ਕੋਈ ਗੱਲ ਨਹੀਂ ਕਾਕਾ, 50 ਰੁਪਈਏ ਲੰਘਦਾ ਆਉਂਦਾ ਫੇਰ ਫੜਾ ਜੀ। ਭਾਜੀ ਮੈਂ ਦੇ ਜੂੰਗਾ। ਆ ਲੈ ਕਾਕਾ ਦੋ ਵਾਲ। ਭਾਜੀ ਤੁਸੀਂ ਮੁੱਛ ਦੇ ਕਿਹਾ ਸੀ, ਇਹਦੇ ਕੱਚ ਦੇ ਆ। ਓਏ ਕਾਕਾ ਇਹ ਸ਼ੋਰੂਮ ਆ, ਸ਼ੋਰੂਮ ਮਾਲ ਅਸੀਂ ਗੋਦਾਮ ਚ ਹੀ ਦਿੰਨੇ ਆ। ਮੰਮੀ ਤੈਨੂੰ ਗੱਡੀ ਕਿਹੜੀ ਵਧੀਆ ਲੱਗਦੀ ਆ? ਗੰਗਾ ਨਗਰ ਵਾਲੀ ਜਿਹੜੀ ਬਠਿੰਡੇ ਵੇਚਦੀ ਜਾਂਦੀ ਆ। ਉਹ ਮੰਮੀ ਚੋਲਾਂ ਚ ਬੜਾ ਮਿੱਠਾ ਪਾ ਲੈਂਦੀ ਆ, ਤੇ ਚੋਲ ਤਾਂ ਤੇਰੇ ਫਿੱਕੇ ਆ, ਮਿੱਠਾ ਬਹੁਤਾ ਖੁਰ ਪਾਉਣਾ। ਚਾਲਾ ਟਰੈਕਟਰ ਲੈ ਕੇ ਆਪਾਂ ਖੇਤ ਚੱਲੀਏ। ਮੈਂ ਟਰੈਕਟਰ ਦਾ ਕੱਟਾ ਬੰਨਿਆ ਵਾ ਬਾਪੂ। ਕੱਟਾ? ਹਾਂ ਉਹ ਕੱਟਾ ਤਾਂ ਖੋਲ ਜਾਂਦਾ, ਮੈਂ ਖੋਲ ਦਿੰਦਾ। ਯਾਰ ਲੋਕ ਯਾਰ ਜਵਾਬ ਨੂੰ ਕਿਉਂ ਨਹੀਂ ਸਮਝਦੇ? ਮੈਂ ਕਦੀ ਕੇਕ ਖਾ ਕੇ ਨਹੀਂ ਵੇਖੀ। ਕਮਲੀ ਇੱਕ ਵਾਰੀ ਲੌਕਡਾਊਨ ਖੋਲ ਲੈਂਦੇ ਤੈਨੂੰ ਬੇਕਰੀ 'ਚ ਲਵਾ ਦੇਣਾ। ਸਹਿਜ ਹੋਏ ਉਰੇ ਹੀ? ਹਾਂ ਦੱਸੋ। ਸਾਈਕਲ ਘਰੇ ਆ? ਹਾਂ ਘਰੇ ਆ। ਕਿਵੇਂ ਆ ਯਾਰ? ਬਾਲ ਤੇ ਦਾੜੀ ਵੱਡੇ ਵੱਡੇ ਹੋਏ ਪਏ ਆ। ਤੇ ਫਿਰ ਸਾਈਕਲ ਕਿਰਾਉਣਾ? ਕੈਂਚੀ ਚਲਾਉਂਗਾ। ਆਇਓ ਜਮਾ।